ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ। ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ, ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਜੇਕਰ ਗੱਲ ਕੀਤੀ ਜਾਵੇ ਦਲਬੀਰ ਸਿੰਘ ਗੋਲਡੀ ਦੀ, ਦਲਬੀਰ ਸਿੰਘ ਗੋਲਡੀ ਦਾ ਲੰਮਾ ਕਦਰ ਹੈ। ਆ ਜਿਹੜੀ ਉਹਨਾਂ ਦੀ ਸਿਆਸਤ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਉਹ ਧੂਰੀ ਤੋਂ ਵਿਧਾਇਕ ਚੁਣੇ ਜਾਂਦੇ ਨੇ ਅਤੇ ਵਿਧਾਇਕ ਚੁਣਨ ਤੋਂ ਬਾਅਦ ਜਿਹੜੀ ਅਗਲੀ ਟੱਕਰ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਹੁੰਦੀ ਹੈ, ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹ ਹਾਰ ਜਾਂਦੇ ਨੇ ਅਤੇ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਦੀਆਂ ਜਿਹੜੀਆਂ ਕਿਆਸ ਰਹੀਆਂ ਸਨ ਉਹ ਲਗਾਤਾਰ ਚੱਲ ਰਹੀਆਂ ਸਨ। ਜਦੋਂ ਆਮ ਆਦਮੀ ਪਾਰਟੀ ਦੀ ਫਤਿਹ ਹੁੰਦੀ ਹੈ, ਜਿੱਤ ਹਾਸਲ ਹੁੰਦੀ ਹੈ, ਉਦੋਂ ਵੀ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਵੱਡੀਆਂ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ, ਖਾਸ ਕਰਕੇ ਉਹਨਾਂ ਲੋਕਾਂ ਨੂੰ ਲੈ ਕੇ ਜਿਨ੍ਹਾਂ ਦੇ ਬਾਰੇ ਉਹਨਾਂ ਦੇ ਵੱਲੋਂ ਖਦਸ਼ੇ ਜਿਤਾਏ ਗਏ ਸੀ ਕਿ ਕੁਝ ਹੀ ਲੋਕ ਹੁੰਦੇ ਨੇ ਜਿਹੜੇ 5 ਸਾਲ ਐਸ਼ ਲੁੱਟਦੇ ਨੇ ਅਤੇ ਸਾਰੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਆਸਤ ਹੈ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੁੰਦੀ ਹੈ। ਅਤੇ ਇਸ ਵਾਰ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ, ਉਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਜਿਹੜਾ ਰੁੱਸਾ ਗਿੱਲਾ ਹੈ ਉਹ ਜਦੋਂ ਸਾਹਮਣੇ ਆਇਆ, ਉਸ ਤੋਂ ਬਾਅਦ ਮਨਾਉਣ ਦੀ ਕੋਸ਼ਿਸ਼ ਹੋਈ ਅਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵੀ ਕਿਹਾ ਗਿਆ ਕਿ ਉਹ ਕਾਂਗਰਸ ਦਾ ਹਿੱਸਾ ਹੀ ਰਹਿਣਗੇ, ਪਰੰਤੂ ਇੱਕ ਦਿਨ ਪਹਿਲਾਂ ਉਹ ਲਾਈਵ ਹੁੰਦੇ ਨੇ, ਉਸ ਤੋਂ ਅਗਲੇ ਦਿਨ ਹੀ ਅਸਤੀਫਾ ਦੇ ਦਿੰਦੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਫਿਰ ਕਿਆਸ ਰਾਈਆਂ ਚੱਲ ਰਹੀਆਂ ਸਨ ਕਿ ਉਹ ਭਾਜਪਾ ਦਾ ਹਿੱਸਾ ਹੋਣਗੇ, ਪਰੰਤੂ ਭਾਜਪਾ ਤੋਂ ਵੀ ਕਿਨਾਰਾ ਕਰਦੇ ਹੋਏ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਾਂਗਰਸ ਨੂੰ ਕਿੰਨਾ ਕੁ ਵੱਡਾ ਝਟਕਾ ਲੱਗਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਸੰਗਰੂਰ ਸੀਟ ਦੀ, ਤਾਂ ਸੰਗਰੂਰ ਸੀਟ ਦੇ ਉੱਤੇ ਇਸ ਵਾਰ ਜਿਹੜਾ ਮੁਕਾਬਲਾ ਉਹ ਰੋਮਾਂਚਕ ਹੈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਅਖਾੜੇ ਦੇ ਵਿੱਚ ਕਾਂਗਰਸ ਦੇ ਵੱਲੋਂ ਉਤਾਰਿਆ ਗਿਆ। ਇਸ ਤੋਂ ਪਹਿਲਾਂ ਦਲਬੀਰ ਸਿੰਘ ਗੋਲਡੀ ਨੂੰ ਚਰਚਾਵਾਂ ਚੱਲ ਰਹੀਆਂ ਸਨ ਕਿ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਜਾ ਸਕਦਾ ਹੈ, ਪਰੰਤੂ ਜਦੋਂ ਉਹਨਾਂ ਦਾ ਪੱਤਾ ਕੱਟਦਾ ਸੁਖਪਾਲ ਸਿੰਘ ਖਹਿਰਾ ਦਾ ਨਾਂ ਸਾਹਮਣੇ ਆਉਂਦਾ, ਉਸ ਤੋਂ ਬਾਅਦ ਜਿਹੜੇ ਰੁੱਸੇ ਗਿਲੇ ਨੇ ਉਹ ਲਗਾਤਾਰ ਸ਼ੁਰੂ ਹੁੰਦੇ ਨੇ ਅਤੇ ਹਾਈਕਮਾਨ ਦੇ ਜਿਹੜੇ ਵੱਡੇ ਦਿੱਗਜ ਨੇ ਉਹ ਵੀ ਧੂਰੀ ਦੇ ਵਿੱਚ ਪਹੁੰਚਦੇ ਨੇ। ਸੰਗਰੂਰ ਦੇ ਵਿੱਚ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਉਹਨਾਂ ਦੇ ਵੱਲੋਂ ਇੱਕ ਪਾਸੇ ਕਿਹਾ ਜਾਂਦਾ ਕਿ ਕਾਂਗਰਸ ਦਾ ਹਿੱਸਾ ਰਹਿਣਗੇ, ਪਰੰਤੂ ਰਾਤੋ ਰਾਤ ਸਿਆਸਤ ਐਸੀ ਬਦਲੀ ਕਿ ਦਲਬੀਰ ਸਿੰਘ ਗੋਲਡੀ ਦੀਆਂ ਕਿਆਸ ਰਾਈਆਂ ਲੱਗੀਆਂ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ, ਪਰੰਤੂ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਹੈ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਨਹੀਂ, ਅਸੀਂ ਵੱਡੇ ਛੋਟੇ ਭੈਣ ਭਰਾ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਲਬੀਰ ਗੋਲਡੀ ਵੀ ਮੇਰਾ ਛੋਟਾ ਭਰਾ ਹੈ। ਇਸ ਦੇ ਨਾਲ ਹੀ ਦਲਬੀਰ ਸਿੰਘ ਗੋਲਡੀ ਦੀ ਜਿਹੜੀ ਸਿਆਸਤ ਹੈ ਅੱਜ ਮੁੜ ਤੋਂ ਗਰਮਾਈ ਹੋਈ ਹੈ, ਪੂਰੀ ਤਰ੍ਹਾਂ ਦੇ ਨਾਲ ਸਰਗਰਮ ਚਿਹਰਾ ਮੰਨੇ ਜਾਂਦੇ ਨੇ, ਕਿਉਂਕਿ ਯੂਥ ਦੇ ਵਿੱਚ ਵੀ ਵੱਡਾ ਕੰਮ ਕਰ ਚੁੱਕੇ ਨੇ ਦਲਬੀਰ ਸਿੰਘ ਗੋਲਡੀ। ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਜਿਹੜੇ ਸਿਆਸੀ ਦਿੱਗਜ ਨੇ ਉਹ ਵੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਤੋਂ ਵੀ ਜਾਣਾਂਗੇ ਕਿ ਦਲਬੀਰ ਸਿੰਘ ਗੋਲਡੀ ਦੇ ਵਿੱਚ ਅਜਿਹੀਆਂ ਕਿਹੜੀਆਂ ਊਣਤਾਈਆਂ ਸਨ ਜਿਨ੍ਹਾਂ ਨੂੰ ਲੈ ਕੇ ਕਿਤੇ ਨਾ ਕਿਤੇ ਨਿਰਾਸ਼ਾ ਸੀ, ਜਾਂ ਜਿਹੜੇ ਗੁਣ ਸਨ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਪਕੜ ਵੀ ਮਜ਼ਬੂਤ ਹੋਈ ਹੈ। ਇਸ ਦੇ ਨਾਲ ਹੀ ਅੱਜ ਵੇਖਣਾ ਹੋਵੇਗਾ ਕਿ ਦਲਬੀਰ ਸਿੰਘ ਗੋਲਡੀ ਦੀ ਜਿਹੜੀ ਸ਼ਮੂਲੀਅਤ ਹੋਈ ਹੈ, ਉਸ ਤੋਂ ਬਾਅਦ ਸੰਗਰੂਰ ਸੀਟ ਦੇ ਉੱਤੇ ਕਿੰਨਾ ਕੁ ਪ੍ਰਭਾਵ ਆਮ ਆਦਮੀ ਪਾਰਟੀ ਦਾ ਪੈਂਦਾ, ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜਾ ਘਰ ਸੀ ਉਸ ਨੂੰ ਸੰਨ ਲਾਉਣ ਦੇ ਵਿੱਚ ਸਿਮਰਜੀਤ ਸਿੰਘ ਮਾਨ ਕਾਮਯਾਬ ਹੋ ਗਏ ਸਨ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਚੋਣ ਅਖਾੜੇ ਦੇ ਵਿੱਚ ਨੇ ਅਤੇ ਵੱਡੇ ਦਿੱਗਜ ਮੰਨੇ ਜਾਂਦੇ ਨੇ, ਅਤੇ ਵੇਖਣਾ ਹੋਵੇਗਾ ਕਿ ਇਸ ਵਾਰ ਸੁਖਪਾਲ ਸਿੰਘ ਖਹਿਰਾ ਸੰਗਰੂਰ ਸੀਟ ਨੂੰ ਫਤਿਹ ਕਰਦੇ ਨੇ ਜਾਂ ਦਲਬੀਰ ਸਿੰਘ ਗੋਲਡੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਸੁਖਪਾਲ ਸਿੰਘ ਖਹਿਰੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਖੜੀਆਂ ਕਰਦਾ ਰਹੇ। ਸਾਫ਼ ਤੌਰ 'ਤੇ ਗੱਲ ਇਹ ਵੇਖੀ ਜਾਵੇਗੀ ਕਿ ਕਾਂਗਰਸ ਲਈ ਝਟਕਾ ਸਾਬਤ ਹੁੰਦਾ ਹੈ ਜਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਇਸ ਦਾ ਫਾਇਦਾ ਹੀ ਹੋਵੇਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ।